ਸਾਰੀ ਦਿਹਾੜੀ ਇੱਥੇ ਖੌਂ ਖੌਂ ਕਰਦਾ ਰਹਿਣਾ, ਚਾਚੀ ਦੀ ਦਵਾਈ ਬੁੱਟੀ ਲੈਣਾ, ਗਾਹ ਪਾ ਰੱਖਿਆ ਇੱਥੇ ਤੈਨੇ, ਵਿੜ ਚ ਗੰਦ ਨੀ ਪਾ ਰੱਖਿਆ। ਹਾਂ ਸੱਚ, ਆਪ ਹੀ ਦੇਖ ਲਾ, ਵਿੜ ਚ ਝਾੜੂ ਲਾਉਣ ਵਾਲਾ ਪਿਆ, ਕਿੰਨਾ ਗੰਦ ਖਿੰਡਿਆ ਪਿਆ। ਚੱਲ ਖੜੀ ਉੱਠ ਕੇ ਝਾੜੂ ਲਾ। ਮੈਂ ਕਿਹਨੂੰ ਕਹਾਂ ਬੇਬੇ, ਮੈਂ ਤਾਂ ਵਿਚਾਲੇ ਪਾਸੇ, ਨਾ ਤਾਂ ਤੁਹਾਨੂੰ ਕਹਿਣ ਜੋਗਰਾ ਨਾ ਮੈਂ ਉਹਨੂੰ ਕਹਿਣ ਜੋਗਰਾ। सब दाना पानी तेरा है, सब दाना पानी तेरा है, तू चुगता फिरता जेड़ा है। सब दाना पानी तेरा है, सब दाना पानी तेरा है। सनी लड़ाया? हाँ जी लड़ाया, पैसे चाहिए थे 3000 के। पैसे पूसे नहीं रखे, जा कम कर यार, सारा दिन पैसा पैसा करी जाना, कोई कम तो कर लिया कर भोरा। चल चल खेत गेड़ा मार के, मिले नहीं पैसे पूसे। ओहो चलो, इतने दम दुम लेने पानी पूनी पीने, इतने भाई आ जाऊगा। यार 2 मिनट पूरी सिद्धि कर लिए। ਕੀ ਕਰੀਏ ਯਾਰ, ਕੰਮ ਕਰਕੇ ਰੋਟੀ ਵੀ ਨਸੀਬ ਹੈਗੀ ਯਾਰ, ਕੀ ਕਰੀਏ, ਪੈਸੇ ਬਹੁਤ ਲੈ ਰੱਖੇ ਨੇ, ਨਾ ਸੀਰ ਛੱਡਣ ਜੋਗ ਰਿਹਾ। ਚਲੋ ਪ੍ਰਮਾਤਮਾ ਤਾਂ ਦੇਖਦਾ। बहुत कर सारा दिन, कदे कहिंदा पैसे दे दे मैनूं, कदे कहिंदा भाई रोटी लिया, डक्का कम दा नहीं तोड़दा। रोटी टाइम ते खवा दे कर बेचारे नूं, ਉਹ ਸਾਰਾ ਕੁਝ ਮਿਲਦਾ ਯਾਰ। ਚੱਲ ਠੀਕ ਹੈ ਬਈ, ਮਰਜ਼ੀ ਹੈ ਤੇਰੀ, ਕੋਈ ਨਾ ਮੋਟਰ ਚਲਾ ਲਈ, ਜਿੰਨਾ ਦੱਬ ਕੇ ਰੱਖਾਂਗੇ ਫੇਰ ਯਾਦ ਲੋਟ ਆਉਂਦੀ ਹੈ। ਚੱਲ ਠੀਕ ਹੈ, ਕੋਈ ਨਾ ਮੋਟਰ ਚਲਾ ਦੂੰ ਅੱਜ ਮੈਂ। ਚੰਗਾ ਬਈ। रोटी खाने तो मेरे ही घर मिले रोटी, होर कोई रोटी नहीं मिली, एडा घर होर बथेरे है बीजी चा है, उन्होंने मग जाना तू आ गया मगन। चल चलो ਘਰੇ ਕਿਉਂ ਵੜਨ ਦਿੰਦੀ ਹੁੰਦੀ ਹੈ, ਅਜੇ 20 ਫਿਰਦੇ ਲੰਗਾੜੇ, ਇਹ ਦਿਨੇ ਦੇਖਦੇ ਨੇ ਘਰ ਵਧੀਆ, ਹੱਥ ਨੇ ਚੋਰੀਆਂ ਕਰਦੇ ਨੇ ਇਹ।
ਲਹਿਰੇ ਗਾਗੇ ਤੇਲ ਆ ਕੇ ਫੁੱਕੀ ਆਪਣੀ ਨੂੰ ਦਾਜ ਪਿੱਛੇ ਲੈ ਗੱਡੀ ਮੰਗੀ ਦੀ ਗੱਡੀ ਨੀ ਦਿੱਤੀ ਗਈ ਨੂੰ ਮਤਲਬ ਅੱਗ ਲਾ ਕੇ ਫੂਕਤੀ ਉਹਨਾਂ ਨੇ ਚੰਦਰਿਆਂ ਨੇ ਹੈ ਗੱਡੀ ਦੇ ਦਾਂਦੇ ਭਲਾ ਦੁਨੀਆਦਾਰੀ ਦਾ ਸਿਸਟਮ ਹੱਲ ਰਿਹਾ ਦੇਖ ਲੈ ਹੁਣ ਨੂੰ ਫੂਕਦੀ ਹੈ ਆਪਣੇ ਸੈਂਟੀ ਬਾਰੇ ਵੀ ਦੇਖ ਲਿਆ ਰਿਸ਼ਤਾ ਉਹ ਕਹਿਣਾ ਸੀ ਮੈਨੂੰ ਆਪਣੇ ਮਾਮੇ ਦਾ ਮੁੰਡਾ ਹਰਦੀਪ ਨਾਲੇ ਵਧੀਆ ਦਾਜ ਦੂਜ ਵਧੀਆ ਦੇਣਗੇ ਹੈ ਮੁੰਡੇ ਦਾ ਵਿਆਹ ਵਧੀਆ ਕਰਨਗੇ ਉਹ ਆਪਣੇ ਦਾ ਹੈ ਵਧੀਆ ਸਮਾਨ ਦੇਣਗੇ ਕੁੜੀ ਨੂੰ ਨਾਲੇ ਹੈ ਮੈਂ ਕਰਾਂ ਉਹਦੇ ਨਾਲ ਗੱਲ ਹੁਣ ਚੱਲ ਮੈਂ ਲਾਉਣਾ ਹਰਦੀਪ ਜੀ ਨੂੰ ਫੋਨ ਹੈਲੋ ਕਿਵੇਂ ਨੰਬਰਦਾਰ ਸਾਹਿਬ ਉਹ ਠੀਕ ਹੋ ਉਹ ਇੱਕ ਰਿਸ਼ਤੇ ਬਾਰੇ ਕਹਿੰਦੇ ਤੁਸੀਂ ਆਪਣੇ ਮੁੰਡੇ ਸੈਂਟੀ ਬਾਰੇ ਹਾਂ ਕਰੋ ਗੱਲ ਤੁਸੀਂ ਆਪਾਂ ਵੀ ਕਰੀਏ ਵਿਆਹ ਮੁੰਡਾ ਹਾਂ ਜਵਾਨ ਹੋ ਗਿਆ ਆਪਣਾ ਹੁਣ ਬਾਪੂ ਸਾਡੇ 100 ਖਰਚੇ ਹੁੰਦੇ ਨੇ ਨਾਲੇ ਵੈਸੇ ਵੀ ਘਰ ਦੀ ਕਬੀਲਦਾਰੀ ਵੀ ਤਾਂ ਤੁਸੀਂ ਨਹੀਂ ਸਾਂਭੀ ਹੋਈ ਹੈ ਨਾਲੇ ਫਿਰ ਤੁਹਾਡੇ ਤੋਂ ਹੀ ਮੰਗਾਂਗੇ ਪੈਸੇ ਗਵਾਂਢੀਆਂ ਤੋਂ ਤਾਂ ਮੈਂ ਮੰਗਣ ਤੋਂ ਰਹੀ ਕੱਲ ਤੂੰ ਬਾਹਲਾ ਕਲੇਸ ਨਾ ਕਰ ਭਾਈ ਕਿੰਨੇ ਪੈਸੇ ਚਾਹੀਦੇ ਨੇ ਪੁੱਤ 1000 ਰੁਪਿਆ ਚਾਹੀਦਾ ਬਾਪੂ 1000 ਰੁਪਿਆ 500 ਨਾਲ ਨਹੀਂ ਸਰਦਾ ਜੇ ਸਰਦਾ ਹੁੰਦਾ ਬਾਪੂ ਮੈਂ ਮਿੰਤਾ ਕਾਹਤੋਂ ਕਰਦੀ ਤੇਰੀਆਂ 1000 ਰੁਪਿਆ ਦੇਣ ਲੱਗੀ ਤਾਂ 3600 ਤੇ ਮੈਨੂੰ ਗੱਲ ਸੁਣਾਤੀ ਲੈ ਭਾਈ 1000 ਲੈ ਜਾਵੇ ਹੋਰ ਕੀ ਹੈ ਹੈਲੋ ਬੇਬੇ ਸਤਿ ਸ਼੍ਰੀ ਅਕਾਲ ਬਸ ਠੀਕ ਆ ਬੇਬੇ ਤੂੰ ਦੱਸ ਆਪਣੇ ਕਿਵੇਂ ਨੇ ਆਪਣੇ ਘਰੇ ਬੇਬੇ ਸਾਰੇ ਠੀਕ ਠਾਕ ਨੇ ਬੇਬੇ ਪੁੱਛੇ ਨਾ ਬਸ ਇਹਨਾਂ ਨੇ ਨਾ ਰਲ ਕੇ ਮੈਨੂੰ ਤਪਾ ਰੱਖਿਆ ਸਾਡਾ ਪਹਿਲਾਂ ਤਾਂ ਬੁੜਾ ਹੀ ਨੀ ਮਾਣ ਹੈਗਾ ਜੇ ਘਰ ਦਾ ਖਰਚਾ ਚਲਾਉਣੀ ਪੈਸੇ ਮੰਗ ਲੂੰਗੀ ਨਾ 36 ਤੋਂ ਪਹਿਲਾਂ ਮੈਨੂੰ ਗੱਲਾਂ ਸੁਣਾਉਂਦਾ ਅੱਗੋ ਬੇਬੇ ਤੂੰ ਆਪ ਹੀ ਦੱਸ ਮੈਂ ਕੀ ਕਰਾਂ ਬੇਬੇ ਮੈਥੋਂ ਨੀ ਰੋਜ਼ ਰੋਜ਼ ਦਾ ਇਹਨਾਂ ਦਾ ਕੰਜਰ ਪਲੇਸ ਦੇਖਿਆ ਜਾਂਦਾ ਅੱਛਾ ਹਾਂ ਸਹੀ ਕਿਹਾ ਬੇਬੇ ਤੂੰ ਮੈਂ ਵੀ ਕਰੂੰਗੀ ਹੁਣ ਦੇਖਦੀ ਹਾਂ ਕਿੰਨਾ ਕੁ ਟਾਈਮ ਚੱਲਦਾ ਹੁਣ ਇਹ ਕੰਮ ਚੱਲ ਠੀਕ ਆ ਬੇਬੇ ਬਾਕੀ ਦੀ ਗੱਲ ਮੈਂ ਫੇਰ ਕਰੂੰਗੀ ਤੇਰੇ ਨਾਲ ਠੀਕ ਆ ਬੇਬੇ ਧਿਆਨ ਰੱਖੀ ਆਪਣਾ ਚੱਲ ਬੇਬੇ ਨੇ ਸਹੀ ਕਿਹਾ ਬਸ ਤੁਹਾਨੂੰ ਪਤਾ ਤਾਂ ਹੈਗਾ ਡੈਡੀ ਦਾ ਅੱਛਾ ਕੀ ਹੋ ਗਿਆ ਪੈਸੇ ਮੰਗੇ ਸੀਗੇ ਖਰਚੇ ਦੀ ਉਹ ਯਾਰ ਤੂੰ ਹੀ ਨਾ ਕਰੇ ਪਾ ਕਰ ਡੇਲੀ ਬਾਪੂ ਸਹੀ ਕਹਿਣਾ ਤੁਹਾਨੂੰ ਤਾਂ ਮੇਰੇ ਚ ਹੀ ਕਮੀਆਂ ਦਿਖਣਗੀਆਂ
ਰੈਸਟ ਕਰਿਆ ਕਰੋ ਛੱਡੋ ਇਹਨਾਂ ਕੋਈ ਨਾ ਪੁੱਤ ਮੈਂ ਮਾਰ ਦਿੰਦੀ ਮੈਂ ਕਿਉਂ ਪੰਡ ਛੱਡ ਮੈਂ ਆਪੇ ਮੰਨ ਲੂੰ ਕਿ ਤੁਸੀਂ ਰੈਸਟ ਕਰੋ ਖੜੇ ਹੋਵੋ ਕਿੰਨੇ ਵਾਰ ਕਿਹਾ ਮੈਂ ਤੁਹਾਨੂੰ ਨਾ ਕੰਮ ਕਰਿਆ ਕਰੋ ਘਰ ਦਾ ਸੁਣਦੀ ਨਹੀਂ ਬੇਬੇ सारा दिन तुसी काम कर दे रहने हो रेस्ट तुसी कर दे नी ऐ करो एनु छड़ो मैं है गी आना तुसी पवे रेस्ट करो माता दे गोड़े दा बुरी नी तुसी ना उन बहुता काम ना करया करो मैं आप ही करया करूंगी थानू बेबे किसी भी चीज दी लोड़ हुंदी है ना तो मैं आवाज मार दे अपना चंगा पुत्तु चंगा रोटी खा ली सी बेबे तुसी भांडे ले लू मैं खा ली दी बस इनी की हुई चलो ताक लाउंदी है हरदीप सरपंच नू कह दी मां तू जाया मारे गेड़ा वो भी नहीं जांदा कंजर दा बेबे जी बापू जी हां पुत्त बाजार चले सी तुसी कुछ काम ता नहीं मंगाना ना ना पुत्त कुछ नहीं मंगाना बेबे कासे चीज दी लोड़ है ता दस दे ना पुत्त कुछ नहीं मंगाना चल कोई नहीं मैं फूड ले आऊंगी ताडे लई चंगा पुत्त ध्यान रखियो चंगा ਨੂੰ ਆਪਣੀ ਸਿਆਣੀ ਹੋ ਗਈ ਪਹਿਲਾਂ ਨਾ ਹੁਣ ਹਾਂ ਜੀ ਬਹੁਤ ਫਰਕ ਪੈ ਗਿਆ ਕੰਮ ਵੀ ਵਧੀਆ ਕਰਦੀ ਹੈ ਜੀ ਹੁਣ ਤਾਂ ਵਧੀਆ ਸੇਵਾ ਕਰਦੀ ਹੈ ਆਪਣੀ ਹੁਣ ਤਾਂ ਬੁਢਾਪੇ ਦੇ ਵਿੱਚ ਨਜ਼ਾਰੇ ਲਵਾਂਗੇ ਹਾਂ ਜੀ ਬਹੁਤ ਵਧੀਆ ਕੰਮ ਕਰਦੀ ਹੈ ਇਹੋ ਜੀ ਨੂੰ ਤਾਂ ਰੱਬ ਸਭ ਨੂੰ ਦੇਵੇ ਹਾਂ ਚੰਗੀ ਨੂੰ ਬੇਬੇ ਚਾਹ ਪੀ ਲਾ ਤੂੰ ਤੇਰੀ ਭੈਣ ਨੂੰ ਫੋਨ ਲਾ ਕੇ ਦੇ ਦੇ ਮੈਂ ਕਈ ਦਿਨ ਹੋ ਗਏ ਘਰ ਨਿਕਲ ਲਾ ਦੇਣਾ ਬੇਬੇ ਬੈਲ ਵੱਜਦੀ ਆ ਬੇਬੀ ਦਾ ਫੋਨ ਹੈਲੋ ਬੇਬੀ ਸਤਿ ਸ਼੍ਰੀ ਅਕਾਲ ਹਾਂ ਪੁੱਤ ਕਿਵੇਂ ਰਹਿੰਦੇ ਸਸਾ ਹੁਣ ਸਾਰੇ ਐਨ ਵਧੀਆ ਨੇ ਬੇਬੇ ਅੱਛਾ ਬੇਬੇ ਮੇਰੀ ਗੱਲ ਸੁਣ ਜਿਹੜੀ ਬੇਬੇ ਤੂੰ ਮੈਨੂੰ ਸਕੀਮ ਦੱਸੀ ਸੀ ਨਾ ਉਹ ਕੰਮ ਕਰ ਗਈ ਹੁਣ ਤੂੰ ਆਇਆ ਕਰੀ ਪੁੱਤ ਹੂੰ ਪਰ ਉਹਨੇ ਨੂੰ ਮੁਰੇ ਲਾਤੀ ਹੋ ਤਾਂ ਆਪੇ ਆਪਣੇ ਮਾਂ ਬਾਪਾ ਨਾਲ ਹੋਊਗਾ ਤੂੰ ਨਾ ਬੁਰੇ ਭਈ ਠੀਕ ਹੈ ਬੇਬੇ ਜਿਵੇਂ ਬੇਬੇ ਤੈਨੂੰ ਸਹੀ ਲੱਗੇ ਮੈਂ ਉਵੇਂ ਕਰੂੰਗੀ ਠੀਕ ਹੈ ਹਾਂ ਚੱਲ ਠੀਕ ਹੈ ਬੇਬੇ ਬਾਕੀ ਦੀ ਗੱਲ ਮੈਂ ਫੇਰ ਕਰੂੰਗੀ ਉਹ ਆ ਗਿਆ ਸ਼ਾਂਤੀ ਆ ਗਈ ਚੰਗਾ ਬੇਬੇ ਠੀਕ ਹੈ ਬਾਈ ਧਿਆਨ ਰੱਖੀ ਬੇਬੇ ਆਪਣਾ
ਨਾਲੇ ਵੀ ਗੱਲ ਕਰਨੀ ਸੀ। ਹਾਂ ਹਾਂ ਦੱਸ ਯਾਰ ਕੀ ਗੱਲ। ਦੇਖਿਓ ਤੁਹਾਨੂੰ ਪਤਾ ਹੋਣਾ ਬੇਬੇ ਬਾਪੂ ਬਹੁਤ ਬਜ਼ੁਰਗ ਹੋ ਗਏ। ਹਾਂ ਤੇ ਉਹਨਾਂ ਦੇ ਤਾਂ ਹੁਣ ਚੱਲਿਆ ਫਿਰਿਆ ਵੀ ਨਹੀਂ ਜਾਂਦਾ। ਬੇਬੇ ਦੇ ਵੀ ਗੋਡੇ ਗਿੱਟੇ ਦੁਖਦੇ ਨੇ, ਬਾਪੂ ਜੀ ਦੇ ਵੀ ਤੁਰੇ ਫਿਰੇ ਤਾਂ ਉਹਨਾਂ ਤੋਂ ਜਾਂਦਾ ਨੀ ਹੈਗਾ। ਖੇਤੀ ਕਿਵੇਂ ਕਰਨਗੇ? ਮਤਲਬ ਕਿ ਹੁਣ ਗੱਲ ਕੀ ਹੈ ਯਾਰ? ਨਾਲੇ ਬੰਦੇ ਦਾ ਕੀ ਪਤਾ ਇੱਥੇ ਕਦੋਂ ਕੁਛ ਹੋ ਜਾਵੇ। ਪਿੱਛੇ ਫਿਰੋਗੇ? ਅਜੇ ਜਾਂਦੇ ਜਾਗਦੇ ਬੈਠੇ ਨੇ, ਫਿਰ ਜਮਾ ਹੀ ਹੱਥ ਧੋ ਕੇ ਬੈਠ ਜਾਓਗੇ। ਚੱਲ ਫਿਰ ਮੈਂ ਦੇਖਦਾ ਕਰਕੇ ਬਾਪੂ ਨਾਲ ਗੱਲ। ਚੱਲ ਤੂੰ ਚਾਹ ਬਣਾ ਕੇ ਲਿਆ। ਜੋ ਮਰਜ਼ੀ ਕਰੋ, ਜਗ੍ਹਾ ਧਰ ਤੇ ਜ਼ਮੀਨ ਤੁਹਾਡੇ ਨਾਮ ਤੇ ਹੋਣੀ ਚਾਹੀਦੀ। ਚੱਲ ਜ਼ਿਆਦਾ ਪਲਿਆਰੇ ਫਿਰ ਚਾਹ ਦੇ ਦੋ ਤੇ ਆਹ ਦੇ ਦੋ। ਮੈਂ ਅੱਜ ਖੇਤ ਗੇੜਾ ਮਾਰ ਕੇ ਆਇਆ ਸੀ। ਅੱਛਾ ਜੀ। ਫਸਲ ਪੱਕੀ ਪਈ ਆਪਣੀ। ਪੱਕਰੀ ਆ ਫਸਲ ਆਪਣੀ, ਬੜਾ ਦੇ ਬਸ ਇੱਕ ਅੱਧੇ ਦਿਨ ਚੁਣ ਤੂੰ। ਅੱਛਾ ਤੇਰੇ ਨਾਲ ਗੱਲ ਕਰਨੀ ਜੀ। ਕੀ ਗੱਲ ਕਰਨੀ ਜੀ? ਪੁੱਤ ਜਮੀਨ ਜੀ ਬਾਰੇ ਕਹਿਣਾ ਸੀਗਾ ਜੀ, ਨੌਕਰਾਂ ਦਾ ਮੇਰੇ। ਅੱਛਾ ਜਮੀਨ? ਹਾਂ। ਕਿਉਂ ਨੌ ਨੂੰ ਕੀ ਹੋ ਗਿਆ? ਉਹਦਾ ਤਾਂ ਕੁਛ ਨੀ ਬਾਪੂ, ਦੇਖ ਲੈ ਹੁਣ ਤੈਨੂੰ ਵਧੀਆ ਤੂੰ ਬਿਮਾਰ ਰਹਿਣਾ ਗਾ। ਕੋਈ ਨਾ ਜੀ, ਇੱਕ ਤਾਂ ਪੁੱਤ ਆ ਆਪਣੇ, ਇਹਦੇ ਨਾਂ ਨੀ ਕਰਾਵਾਂਗੇ, ਹੋਰ ਕਿਹਦੇ ਨਾਂ ਕਰਾਵਾਂਗੇ। ਚੱਲ ਫਿਰ ਕਰਾ ਦਿੰਦੇ ਆ ਬਗ ਜਲਦੇ ਤੜਕੇ। ਹੋਰ ਇਹਦੇ ਨਾਂ ਕਰਾਓ ਜ਼ਮੀਨ। ਤੜਕੇ ਜਾਂਦੇ ਆ ਫਿਰ ਲੈ ਕਚਹਿਰੀਆਂ ਚ। ਦੇਖ ਵੀ ਸ਼ੇਰਾ, ਹੁਣ ਤੁਹਾਡੇ ਨਾਲ ਹੋ ਗਈ ਜ਼ਮੀਨ, ਆਪਦੇ ਪਿਓ ਦੀ ਵਧੀਆ ਸੇਵਾ ਕਰਿਓ। ਨਾ ਨਾ, ਕਿਤੇ ਉਹੀ ਜ਼ਮੀਨ ਨਾ ਕਰਾ ਕੇ ਆਪਦਾ ਰੋਟੀ ਦੇ ਚੱਕੇ। ਨਾ ਨਾ, ਤਾਂ ਇਹ ਗੱਲ ਨਹੀਂ, ਵਧੀਆ ਬਾਪੂ ਦੀ ਸੇਵਾ ਰੱਖ ਕਰਾਂਗੇ। ਪੂਰੀ ਨਾਉਣ ਧੋਣ ਦਾ ਹੋਰ ਐਰਾ ਵਗੈਰਾ ਸਾਰਾ ਐਰਾ ਪੂਰੀ ਉਹ ਕਰਾਓ। ਚੰਗਾ, ਆਇਆ ਤਾਂ ਬਾਹਰ ਚਾਹ ਪਾਣੀ ਪੀਣਾ ਆ, ਕੋਈ ਨਾ ਪੀਣਾ ਬੈਠਿਆ ਆਪਾਂ ਤਾਂ ਉਰੇ। ਉਹ ਪਾਈਏ ਪਰ ਇਹਨਾਂ ਦਾ ਕੰਮ ਇਹੋ ਜਿਹਾ ਹੁੰਦਾ, ਅਫਸਰ ਸਾਹਿਬ ਉਹ ਕਰਦੇ ਨੇ। ਆਇਆ ਬਾਪੂ? ਹਾਂ। ਬਾਂਹ ਫੜ ਲਾ ਮਾੜੀ ਜਿਹਾ, ਇੱਧਰ ਦੀ ਆਵਾਜ਼ ਚੱਲਾਂ। ਗੱਡੀ ਖੜੀ ਆ ਬਾਹਰ, ਆ ਖੜੀ ਆ ਗੱਡੀ ਗੇਟ ਜੀ। ਸ਼ੁਕਰਾ ਰੱਬ ਦਾ, ਜ਼ਮੀਨ ਤਾਂ ਲੱਗੀ ਸਾਡੇ ਨਾਲ। ਚੱਲ ਬੁੜੇ ਨੂੰ ਵੀ ਦੇ ਆਉਂਦੇ ਚਾਹ, ਵੱਢ ਕੇ ਆਵਾਂ ਇਹਦੀ ਰੰਗ। ਕੀ ਕੀਤਾ ਪਿਆ ਇਹਨੇ ਵੀ, ਹੁਣ ਵੀ ਖਾਣੀ ਇਹਨਾਂ ਨੂੰ ਤਾਰੇ। ਆਕੜਾ ਕਰਦੇ ਸੀ ਨਾ ਉਦੋਂ। ਬਾਪੂ ਤੂੰ ਨਿਆਣਾ ਤਾਂ ਹੈ ਨੀ ਗਾ, ਜਿਹੜੀ ਤੈਨੂੰ ਮੈਂ ਹੁਣ ਠੰਡੀ ਕਰਕੇ ਲਿਆ ਕੇ ਦੇਵਾਂ। ਜਿਹੋ ਜਿਹੀ ਚੀਜ਼ ਮਿਲਦੀ ਆ ਨਾ, ਚੁੱਪ ਕਰਕੇ ਖਾ ਪੀ ਲਿਆ ਕਰੋ। ਸਾਰੀ ਦਿਹਾੜੀ ਇੱਥੇ ਖੋਂ ਖੋਂ ਕਰਦਾ ਰਹਿਣਾ, ਦਵਾਈ ਬੂਟੀ ਨੀ ਲੈ ਹੁੰਦੀ ਤੇ ਤੂੰ ਚੱਜ ਦੀ ਸਾਰੇ ਵਿਹੜੇ ਚ ਥੁੱਕ ਥੁੱਕ ਕੇ ਗੰਦ ਪਾ ਰੱਖਿਆ ਗਾ। ਨਾਲੇ ਹਾਂ, ਆਣਾ ਮੰਜੇ ਚੱਕ ਕੇ ਡੰਗਰ ਵਾਲੇ ਚ ਡਾਲਾ। ਚੱਲ ਕੋਈ ਨਾ ਭਾਈ, ਵਗ ਜਾਂਦੇ ਡੰਗਰ ਵਾਲੇ ਜੀ, ਵਗ ਜਾਂਦੇ। ਦੇਖ ਲਾ ਕੀ ਕਰਦੀ ਆ ਭਾਈ, ਹੁਣੇ ਹੁਣੇ ਕਿਹੜਾ ਇੱਥੇ ਕੰਮ ਸਵਾਰ ਲੈਂਦੀ ਆ। ਨਾ ਬੇਬੇ ਹੁਣ ਤੈਨੂੰ ਕੀ ਹੋ ਗਿਆ, ਤੂੰ ਵੀ ਬੁੜੇ ਵਾਂਗੂ ਖੋਂ ਖੋਂ ਲੱਗੀ ਪਈਆਂ ਕਰਨ। ਪੁੱਤ ਤੈਨੂੰ ਪਤਾ ਤਾਂ ਹੈਗਾ ਮੌਸਮ ਕਹੇ ਜਾ, ਨਾਲੇ ਹੁਣ ਬੜੇ ਭਾਰ ਆ। ਮੌਸਮ ਤਾਂ ਸਾਰਿਆਂ ਲਈ ਇੱਕੋ ਨਾਲ ਦਾ ਹੈਗਾ। ਉਧਰ ਬਾਪੂ ਨੂੰ ਦੇਖੋ, ਉਹ ਸਾਰੀ ਦਿਹਾੜੀ ਦੋਨਾਂ ਨੇ ਤੁਸੀਂ ਨਾ ਇੱਥੇ ਗੰਦ ਪਾ ਰੱਖਿਆ ਘਰ 'ਚ। ਬੇਬੇ ਤੂੰ ਇੰਨਾ ਕੁ ਤਾਂ ਕਰੇ ਸਕਦੇ, ਝਾੜੂ ਲਾ ਲੈ। ਉੱਤ ਝਾੜੂ ਕਿੱਥੇ ਲੱਗਦਾ, ਗੋਡੇ ਤਾਂ ਮੇਰੇ ਦੁਖਦੇ ਨੇ। ਸਾਰੀ ਦਿਹਾੜੀ ਬੇਬੇ ਤੂੰ ਮੰਜੇ ਹੀ ਤੋੜਦੀ ਆ ਪਈ ਇੱਥੇ। ਚੱਲ ਖੜੀ ਹੋ ਬੇਬੇ, ਝਾੜੂ ਲਾ ਇੱਥੇ। ਚੱਲ ਪੁੱਤ ਲਾ ਲੈਨੇ, ਝਾੜੂ ਲਾ ਲੈਨੇ। ਐ ਕਰੀ, ਲੱਗਦੇ ਹੱਥ ਪੋਚਾ ਵੀ ਲਾ ਦੇਵੀਂ। ਤੂੰ ਆਪ ਹੀ ਦੇਖ
जे इहदी जगह ते इहदी मां हुंदी उतों वी इसे तरह लत्तां कटाउंदी। शर्म नहीं आउंदी इहनूं। चल मना ਰੋਟੀ ਖਾਣਾ ਭੁੱਖ ਵੀ ਲੱਗੀ ਪਈ ਐ। ਚਾਰ ਭਾਂਡੇ ਨਹੀਂ ਮੰਜੀ ਦੇ ਤਾਂ ਚੱਕ ਬੇਬੇ ਆ ਵੀ ਭਾਂਡੇ ਮਾਂਜ ਦੇ। ਪੁੱਤ ਰੋਟੀ ਵਾਲੇ ਤਾਂ ਹੁਣ ਮਾਂਜੇ ਤੇ ਇਹ ਚ ਕੀ ਕਰਿਆ। ਮੈਂ ਕੀ ਕਰਦੀ ਸੀ ਬੇਬੇ ਮੈਂ ਪੁੱਤ ਮੈਨੂੰ ਵੀ ਦੇ ਦਿੰਦੀ ਥੋੜੀ ਭੁੱਖ ਲੱਗ ਰਹੀ ਸੀ ਮੈਨੂੰ ਵੀ। ਬੇਬੇ ਤੈਨੂੰ ਭੁੱਖ ਲੱਗਦੀ ਕਦੋਂ ਨੀ, ਜਦ ਦੇਖੋ ਤੈਨੂੰ ਭੁੱਖ ਲੱਗੀ ਹੋ ਰਹਿੰਦੀ ਹੈਗੀ। ਤੇ ਨਾਲੇ ਹਾਂ ਇਹ ਨਾ ਜਵਾਕਾਂ ਦੇ ਖਾਣ ਵਾਲੀ ਚੀਜ਼ ਆ, ਸਿਆਣੇ ਵਿਆਣੇ ਤਾਂ ਹੈਗੇ ਤੁਸੀਂ। ਫਿਰ ਤੂੰ ਬੇਬੇ ਕਹਿ ਦੇਣਾ ਮੇਰਾ ਤਾਂ ਤੇਜ਼ਾਬ ਆਉਂਦਾ, ਮੇਰੇ ਗੋਡੇ ਦੁਖਦੇ ਨੇ, ਉੱਠਿਆ ਬੈਠਿਆ ਨਹੀਂ ਜਾਂਦਾ। 3600 ਬੇਬੇ ਤੂੰ ਬਿਮਾਰੀਆਂ ਲਾ ਦਿੰਦੀ ਆ। ਕੰਮ ਕਰ ਲੈ ਬੇਬੇ ਜੇ ਹੁੰਦਾ ਦੇਖੋ। ਤੂੰ ਬੇਬੇ ਬਾਪੂ ਨੂੰ ਤੰਗ ਕਰਦੀ ਆ। ਬੇਬੇ ਤੋਂ ਸਾਰਾ ਦਿਨ ਕੰਮ ਕਰਾਉਣੀ ਤੇ ਬਾਪੂ ਨੂੰ ਚਾਹ ਪਾਣੀ ਨਾ ਨਹੀਂ ਲੈਂਦੀ।
ਜਿਹੜੀ ਤੇਰੀ ਮਾਂ ਹੁੰਦੀ ਉਹਨੂੰ ਵੀ ਕੁੱਟਦੀ ਤੂੰ ਹੈ ਚੱਲ ਹੋ ਫੜੀ ਮੇਰੀ ਮਾਂ ਬਾਰੇ ਮਾੜਾ ਚੰਗਾ ਬੋਲਣ ਵਾਲੀ ਸ਼ਰਮ ਕਰ ਲੈ ਭਾਈ ਸ਼ਰਮ ਸ਼ਰਮ ਤੁਸੀਂ ਵੀ ਕਰ ਲਓ ਚੱਲ ਚੱਲ ਚੱਲੀ ਆਪਣਾ ਉਹਰੇ ਕੋਈ ਨਹੀਂ ਹੈਗਾ ਹੁਣ ਉਹਰੇ ਚੱਲ ਚੱਲ होता या ये सब कुछ तो होना ही थी ये तेरे करे माड़े कम्मा दा नतीजा है तू याद कर की करिए यार काम करके रोटी भी नसीब हैगी यार की करिए पैसे बहुत ले रखे ने ना सिर छड़ने जोगरे चलो परमात्मा तो देख रहा है नाले ताया ये नतीजा तेरे माड़े कम्मा दा है जेड़ तू जवानी वेले करदा थी कदे तू सिरी नु कुड़दा थी कदे किसी खेत च नहीं बढ़न दिता थी याद करो दिन ते अज तक देख लै किन्नियां ठगियां मारियां ने रब तो सारा कुछ देखदा है नाले तेरी जिंदगी जेड़ी रहेगी ना वो गुरु दे लड़ लग के कट लै जेड़े तेरे करे हुए पाप ने वो मिट जाणगे हुण तेनू कोई नहीं उड़दा गुरु घरे उठू सेवा सब दाना पानी तेरा है सब दाना पानी तेरा है तू चुगता फिरता जेड़ा है सब दाना पानी तेरा है सब दाना पानी तेरा है पत्थर विच भी खान नू दिलदा फिकर का दी रुजगारा दी उद्दम करना रख जारी रुत दूर नहीं बहारा दी उद्दम करना रख जारी रुत दूर नहीं बहारा दी क्यास नहीं लगना तेथों यारा चिट्टायों दा घेरा है सब दाना पानी तेरा है सब दाना पानी तेरा है तू चुगता फिरता जेड़ा है सब दाना पानी तेरा है सब दाना पानी तेरा है हाँ जी किवें लगी अपनी वीडियो वीडियो लाइक कमेंट शेयर ते चैनल नूं सबसक्राइब कर लो ते हाँ जी कमेंट करके जरूर दस्यो कि सानूं यह वीडियो किवें लगी ते अगली वीडियो बहुत सोहनी वीडियो आ ते वो नैक्सट फ्राइडे नूं पोस्ट हो जूगी ते सानूं कमेंट करके दस्यो कि सानूं आह वीडियो किवें लगी धन्यवाद।